ਛੱਬੀ ਦਾ ਡੀਲਰ ਆ ਅਤੇ ਅਲਿਆਸ ਜੱਟ ਦੇ ਬੈਠਕ ਦੇ ਵਿੱਚ ਬੈਠ ਕੇ ਅਤੇ ਉਹਨਾਂ ਨੇ ਆ ਫਰਾਡ ਕਰ ਲਿਆ। ਜਿਹੜਾ ਪਲਾਟ ਦਿਖਾਇਆ ਵਾ ਉਹ ਕਿਸੇ ਹੋਰ ਦਾ ਵਾ ਅਤੇ ਉਹਨਾਂ ਨੇ ਇੱਕ ਫਰਜ਼ ਜਾਰੀ ਕੀਤੀ, ਇੰਤਕਾਲ ਕਰਵਾਇਆ ਮੇਰੇ ਨਾਂ 'ਤੇ। ਉਹ ਹੈਗਾ ਵਾ ਭਾਈ ਹੁਣੀ ਨਾਲ ਬੈਠੇ ਇਹਨਾਂ ਦਾ, ਇਹਨਾਂ ਦੀ ਸਿਸਟਰ ਦਾ, ਅਤੇ ਉਹਨਾਂ ਨੇ ਜਿਹੜੇ ਪੈਸੇ ਮੇਰੇ ਕੋਲ 16 ਲੱਖ ਰੁਪਈਆ ਲੈ ਲਿਆ ਵਾ, ਬਾਕੀ ਚੈੱਕ ਵੀ ਲੈ ਲਿਆ 3,25,000 ਦਾ, ਅਤੇ ਉਹ ਉਹਨਾਂ ਨੇ ਫਰਾਡ ਕਰ ਲਿਆ ਵਾ। ਤਾਂ ਹੁਣ ਜਦੋਂ ਜਾਈਦਾ ਉਹਨਾਂ ਦੇ ਉਹ ਧਮਕੀਆਂ ਲੰਬੇ ਆ, ਕਹਿੰਦੇ ਅਸੀਂ ਇੱਦਾਂ ਕਰਾਂਗੇ ਆਹ ਕਰਾਂਗੇ, ਥਾਣੇ 'ਚ ਕਚਹਿਰੀਆਂ ਜਾਣਾ ਤਾਂ ਚੱਲ ਜਾਓ, ਅਸੀਂ ਸਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ, ਅਤੇ ਸਾਡੀ ਇਹ ਯਾਦ ਹੀ ਆ ਕਿ ਸਾਡੀ ਮਦਦ ਕੀਤੀ ਜਾਵੇ। ਇੱਕ ਬੰਦੇ ਨੇ ਨਹੀਂ ਫਰਾਡ ਕੀਤਾ, ਇੱਕ ਇਹ ਬੰਦਾ ਜਿਹੜਾ ਕਿ ਉਹਦਾ ਅਕਾਊਂਟ ਸ਼ਗੁਫਤਾ ਦਾ ਬਣਾਇਆ ਜਿਹਨੇ ਕਿ ਸਾਨੂੰ ਵੇਚਿਆ ਵਾ, ਅਤੇ ਇਹ ਬੰਦਾ ਵਾ ਇਹਦੇ ਬੈਠਕ ਦੇ ਵਿੱਚ ਬਹਿ ਕੇ ਹੋਇਆ ਅਲਿਆਸ ਜੱਟ, ਠੀਕ ਆ। ਫਿਰ ਇਹ ਸਾਦਕ ਅਲੀ ਆ ਡੀਲਰ, ਇਹਨੇ ਸਾਡੇ ਕੋਲ ਪੈਸੇ ਅਤੇ ਅਲਿਆਸ ਜੱਟ ਜਿਹੜਾ ਵਾ ਇਹਨਾਂ ਨੇ ਪੈਸੇ ਲਏ ਆ, ਠੀਕ ਆ। ਸਾਨੂੰ ਇਹ ਵੀ ਲੱਗਦਾ ਕਿ ਜਿਹੜਾ ਇੰਤਕਾਲ ਜਾਲੀ ਕੀਤਾ ਵਾ ਪਟਵਾਰੀ ਵੀ ਇਹਨਾਂ ਦੇ ਨਾਲ ਸ਼ਾਮਲ, ਇਹ ਇੰਤਕਾਲ ਜਿਹੜੇ ਆ ਪੁਰਾਣਾ ਵੀ ਅਤੇ ਇਹ ਜਿਹੜਾ ਨਵਾਂ ਵੀ ਇਹਨਾਂ ਨੇ ਕੀਤਾ ਵਾ ਮੇਰੇ ਨਾਂ 'ਤੇ, ਪਰ ਉਹ ਪਲਾਟ ਇਹ ਭਾਈ ਦੀ ਸਿਸਟਰ ਦਾ ਵਾ ਜਿਹੜਾ ਕਿ ਉਹ ਦੇ ਰਹੇ ਆ ਦਿਖਾ ਰਹੇ ਸਨ। ਥੋੜ੍ਹੇ ਬਹੁਤ ਵੀ ਮੈਂ ਟਿਊਸ਼ਨ ਪੜ੍ਹਾਉਂਦੀ ਹਾਂ, ਕੋਈ ਪ੍ਰਾਈਵੇਟ ਸਕੂਲ ਪੜ੍ਹਾਉਂਦੀ ਹਾਂ, ਇੱਦਾਂ ਸੇਵਿੰਗ ਕੀਤੀ ਸੀ ਕੁਛ, ਅਸੀਂ ਆਪਣਾ ਜੇਵਰ ਵੇਚਿਆ ਸੀਗਾ ਅਤੇ ਆਪਣੀ ਦੁਕਾਨ ਲਈ ਅਸੀਂ ਕੁਛ ਕਰਾਂਗੇ ਇਨਵੈਸਟ। ਇਹਨਾਂ ਨੇ ਲਾਲਚ ਦੇ ਕੇ ਕਿ ਪਲਾਟ ਆ ਬਹੁਤ ਅੱਛੀ ਲੋਕੇਸ਼ਨ 'ਤੇ ਆ ਤੁਸੀਂ ਖਰੀਦ ਲਓ, ਅਤੇ ਲਾਲਚ ਦੇ ਕੇ ਇਹਨਾਂ ਨੇ ਇਹਨਾਂ ਨੂੰ ਮੋਟੀਵੇਟ ਕਰ ਲਿਆ। ਅਤੇ ਹੁਣ ਜੇ ਇਸ ਔਰਤ ਦਾ ਕਹਿ ਰਿਹਾ ਅਤੇ ਉਸ ਔਰਤ ਉਹ ਔਰਤ ਕਹਿੰਦੀ ਕਿ ਅਸੀਂ ਵੇਚਿਆ ਨਹੀਂ ਪਲਾਟ ਸ਼ੁਫਤਾ ਖਾਲ ਦੇ ਨਾਮ 'ਤੇ, ਇਹਨਾਂ ਨੇ ਸਾਨੂੰ ਫਰਾਡ ਕੀਤਾ ਸਾਡੇ ਨਾਲ ਕਿ ਵੀ ਇਹ ਤੁਹਾਡੇ ਨਾਮ ਅਸੀਂ ਪਲਾਟ ਕਰਾਂਗੇ, ਇੰਤਕਾਲ ਕਰਾਂਗੇ। ਨਾ ਇੰਤਕਾਲ ਹੋਇਆ, ਨਾ ਉਸ ਔਰਤ ਨੇ ਆਪਣਾ ਪਲਾਟ ਸੇਲ ਕੀਤਾ। ਮੇਰਾ ਨਾਮ ਸ਼ਫਕਰ ਰਸੂਲ ਹੈ ਜੀ, ਜੇ ਇਹ ਪਲਾਟ ਹਮਾਰਾ ਹੈ, ਹਮਨੇ ਸੇਲ ਨਹੀਂ ਕੀਆ, ਮਗਰ ਇਨ ਲੋਗੋਂ ਕੇ ਸਾਥ ਉਨ੍ਹੋਂਨੇ ਫਰਾਡ ਕੀਆ ਹੈ, ਬਸ ਇਹਨਾਂ ਬੰਦਿਆਂ ਨਾਲ ਫਰਾਡ ਕੀਤਾ ਗਿਆ ਸਾਡਾ ਨਾਮ ਲੈ ਕੇ। ਅਤੇ ਮੇਰੀ ਸਿਸਟਰ ਦਾ ਪਲਾਟ ਆ ਜੀ, ਸਾਡੇ ਨਾਲ ਫਰਾਡ ਕੀਤਾ ਗਿਆ ਸਾਡਾ ਨਾਮ ਯੂਜ਼ ਕਰਕੇ। ਓਕੇ।